ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋਣ ਤੋਂ ਬਾਅਦ ਕੱਲ੍ਹ ਉਹਨਾਂ ਦੇ ਪਿੰਡ ਮਾਤਾ ਜਸਵੰਤ ਕੌਰ ਸਕੂਲ ਦੇ ਸਟੇਡੀਅਮ ਦੇ ਵਿੱਚ ਅੰਤਮ ਅਰਦਾਸ ਕੀਤੀ ਜਾਣੀ ਹੈਗੀ ਹੈ। ਇਹ ਵੱਡੀ ਸਟੇਜ ਲਾਈ ਜਾ ਰਹੀ ਹੈਗੀ ਹੈ। ਦੱਸਿਆ ਜਾ ਰਿਹਾ ਕਿ ਸਟੇਜ 80x30 ਦੀ ਹੈਗੀ ਹੈ, ਜਿਸ ਨੂੰ ਲੈ ਕੇ ਜਿਹੜੇ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹੈਗੇ ਹੈ। ਮਾਰਚ ਦੇ ਮੌਸਮ ਨੂੰ ਦੇਖਦੇ ਹੋਏ ਇੱਕ ਵਾਟਰਪਰੂਫ ਟੈਂਟ ਲਾਇਆ ਗਿਆ ਹੈਗਾ, ਤਾਂ ਜੋ ਕਿਸੇ ਨੂੰ ਮਾਰਚ ਵੀ ਜੇ ਆ ਸਕਦੀ ਹੈ ਤਾਂ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਦੂਸਰੇ ਪਾਸੇ ਜਿਹੜਾ ਕਿ ਇੱਕ ਵੱਡਾ ਟੈਂਟ ਬਣਾਇਆ ਗਿਆ ਹੈਗਾ। ਇਹ ਜਿਹੜੀ ਜਗ੍ਹਾ ਜੀ, ਇਹ ਮਤਲਬ 12 acres ਜਗ੍ਹਾ ਹੈਗੀ ਹੈ, ਉਹਦੇ ਵਿੱਚ ਇਹ ਟੈਂਟ ਲੱਗ ਰਿਹਾ ਸਰ। 12 acres ਉਨਾ ਹੀ ਬਾਹਰ ਪਾਸੇ ਲੱਗਿਆ ਜੀ, ਉਨਾ ਹੀ ਇੱਥੇ ਟੈਂਟ ਲੱਗਿਆ ਹੋਇਆ। ਲੰਗਰ ਹਾਲਾਂ ਦੇ ਵਿੱਚ ਬਹੁਤ ਜਗ੍ਹਾ, ਉੱਥੇ 8 acres ਦੇ ਵਿੱਚ ਇੱਕ ਲੰਗਰ ਲੱਗਿਆ, ਇੱਕ 12 acres ਵਿੱਚ ਲੱਗਿਆ ਹੋਇਆ ਜੀ। ਜਿਸ ਤਰ੍ਹਾਂ ਦਾ ਕੱਲ੍ਹ ਨੂੰ ਲੋਕਾਂ ਦੀ ਉਮੀਦ ਆ ਪਹੁੰਚਣ ਦੀ, ਉਹ ਤਾਂ ਸਾਨੂੰ ਬਹੁਤ ਜ਼ਿਆਦਾ ਉਮੀਦ ਆ, ਬਹੁਤ ਜ਼ਿਆਦਾ। ਮੈਨੂੰ ਤਾਂ ਲੱਗਦਾ ਐਂ ਵੀ ਹੱਥ ਜਿਹੜੇ ਪ੍ਰਬੰਧ ਛੋਟੇ ਨਾਲ ਪੈ ਜਾਣ। ਬਾਕੀ ਲੰਗਰ ਦਾ ਵੀ 2 acres 'ਤੇ ਪ੍ਰਬੰਧ ਕੀਤਾ ਜੀ, ਅਤੇ ਜਿਹੜਾ ਟ੍ਰੈਫਿਕ ਆ ਇਹ ਵੀ 2 acres 'ਤੇ ਬਹੁਤ ਵੱਡੇ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ। ਪਰ ਹੁਣ ਨੇਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋਣ ਤੋਂ ਬਾਅਦ ਕੱਲ੍ਹ ਉਹਨਾਂ ਦੇ ਪਿੰਡ ਮਾਤਾ ਜਸਵੰਤ ਕੌਰ ਸਕੂਲ ਦੇ ਸਟੇਡੀਅਮ ਦੇ ਵਿੱਚ ਅੰਤਮ ਅਰਦਾਸ ਕੀਤੀ ਜਾਣੀ ਹੈਗੀ ਹੈ, ਜਿਸ ਨੂੰ ਲੈ ਕੇ ਜਿਹੜੀਆਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਮੈਂ ਤੁਹਾਨੂੰ ਪਿੱਛੇ ਵਿਖਾ ਦੇਵਾਂ ਕਿ ਇਹ ਵੱਡੀ ਸਟੇਜ ਲਾਈ ਜਾ ਰਹੀ ਹੈਗੀ ਹੈ। ਦੱਸਿਆ ਜਾ ਰਿਹਾ ਕਿ ਸਟੇਜ 80x30 ਦੀ ਹੈਗੀ ਹੈ, ਜਿਸ ਨੂੰ ਲੈ ਕੇ ਜਿਹੜੇ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹੈਗੇ ਆ, ਕਿਉਂਕਿ VIP ਲੋਕਾਂ ਨੇ ਜਿਹੜਾ ਇੱਥੇ ਅੰਤਮ ਅਰਦਾਸ ਦੇ ਵਿੱਚ ਪਹੁੰਚਣਾ ਹੈਗਾ, ਇਸ ਨੂੰ ਲੈ ਕੇ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹੈਗੇ। ਬਹੁਤ ਵੱਡੀ ਇੱਕ ਸਟੇਜ ਲਾਈ ਜਾ ਰਹੀ ਹੈ। ਦੂਸਰੇ ਪਾਸੇ ਮੈਂ ਇਹ ਵੀ ਦੱਸਦਾ ਕਿ ਬਾਰਿਸ਼ ਦੇ ਮੌਸਮ ਨੂੰ ਦੇਖਦੇ ਹੋਏ ਇੱਕ ਵਾਟਰਪਰੂਫ ਟੈਂਟ ਲਾਇਆ ਗਿਆ ਹੈਗਾ, ਤਾਂ ਜੋ ਕਿਸੇ ਨੂੰ ਬਾਰਿਸ਼ ਵੀ ਜੇ ਆ ਸਕਦੀ ਹੈ ਤਾਂ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਦੂਸਰੇ ਪਾਸੇ ਜਿਹੜਾ ਕਿ ਇੱਕ ਵੱਡਾ ਟੈਂਟ ਬਣਾਇਆ ਗਿਆ ਹੈਗਾ, ਟੈਂਟ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੈਠਣ ਦੇ ਇੰਤਜ਼ਾਮ ਕੀਤੇ ਗਏ ਹੈਗੇ ਆ। ਭਾਵਾਂ ਬੇਸ਼ੱਕ ਜਿਹੜਾ ਹੈਗਾ VIP ਹੋਵੇ, VVIP ਹੋਵੇ, ਆਮ ਜਿਹੜੇ ਦਰਸ਼ਕ ਆ ਜਿਹੜੇ ਹੈਗੇ ਆ, ਆਮ ਲੋਕ ਜਿਹੜੇ ਹੈਗੇ ਆ, ਉਹਨਾਂ ਨੂੰ ਚਾਹੁਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਕੱਲ੍ਹ ਇਸ ਅੰਤਮ ਅਰਦਾਸ ਦੇ ਵਿੱਚ ਪਹੁੰਚ ਰਹੇ ਹੈਗੇ ਆ, ਜਿਸ ਨੂੰ ਲੈ ਕੇ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਆ। ਦੂਸਰੇ ਪਾਸੇ ਮੈਂ ਵੀ ਦੱਸਦਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੀ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ, ਕਿਉਂਕਿ ਉਹ ਪ੍ਰਕਾਸ਼ ਸਿੰਘ ਬਾਦਲ ਇੱਕ ਸਿਆਸੀ ਬੋਰਡ ਮੰਨੇ ਜਾਂਦੇ ਸੀਗੇ, ਜਿਸ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਜਿੱਥੇ ਕਿ ਸੈਂਟਰ ਤੋਂ ਨੇਤਾਵਾਂ ਪਹੁੰਚ ਰਹੇ ਹੈਗੇ, ਉੱਥੇ ਪੰਜਾਬ ਦੇ ਵੀ ਆਗੂ ਨੇਤਾ ਜਿਹੜੇ ਹੈਗੇ ਆ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਣਗੇ। ਉਸ ਨੂੰ ਲੈ ਕੇ ਜਿਹੜੇ ਪੂਰੇ ਇੰਤਜ਼ਾਮ ਕੀਤੇ ਗਏ, ਜੇ ਗੱਲ ਕਰੀਏ ਦੂਜੇ ਟਰੈਫਿਕ ਦੀ, ਟਰੈਫਿਕਾਂ ਨੂੰ ਡਿਵਾਈਡ ਕੀਤਾ ਗਿਆ ਹੈਗਾ, ਪੁਲਿਸ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਹੈਗੇ ਆ, ਤਾਂ ਜੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਆਉਣ ਜਾਣ ਦੇ ਵਿੱਚ ਕੋਈ ਮੁਸ਼ਕਲ ਨਾ ਹੋਵੇ, ਇਸ ਨੂੰ ਲੈ ਕੇ ਜਿਹੜਾ ਹੈਗਾ ਪੂਰੇ ਇੰਤਜ਼ਾਮ ਕੀਤੇ ਗਿਆ। ਦੂਸਰੇ ਪਾਸੇ ਖਾਣੇ ਦਾ ਇੰਤਜ਼ਾਮ ਕੀਤਾ ਹੈਗਾ, ਸਾਡੇ ਨਾਲ ਜਿਹੜੇ ਇੱਥੋਂ ਦੇ ਪ੍ਰਬੰਧਕ ਵੀ ਹੈਗੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹੈ। ਕੀ ਕਹਿਣਾ ਚਾਹੋਗੇ ਵੀ ਕੱਲ੍ਹ ਪ੍ਰਕਾਸ਼ ਸਿੰਘ ਬਾਦਲ ਦੀ ਅੰਤਮ ਅਰਦਾਸ ਹੈਗੀ ਹੈ, ਕਿੰਨੇ ਪ੍ਰਬੰਧ ਕੀਤੇ ਗਏ, ਕਿੰਨੇ ਕੁ ਲੋਕਾਂ ਦੇ ਪਹੁੰਚਣ ਦੀ ਉਮੀਦ? ਦੇਖੋ ਜੀ, ਜਿਸ ਤਰ੍ਹਾਂ ਦਾ ਕੱਲ੍ਹ ਨੂੰ ਲੋਕਾਂ ਦੀ ਉਮੀਦ ਆ ਪਹੁੰਚਣ ਦੀ, ਉਹ ਤਾਂ ਸਾਨੂੰ ਬਹੁਤ ਜ਼ਿਆਦਾ ਉਮੀਦ ਆ, ਬਹੁਤ ਜ਼ਿਆਦਾ। ਮੈਨੂੰ ਤਾਂ ਲੱਗਦਾ ਐਂ ਵੀ ਹੱਥੋਂ ਜਿਹੜੇ ਪ੍ਰਬੰਧ ਛੋਟੇ ਨਾਲ ਪੈ ਜਾਣ, ਉਹਨਾਂ ਦੀ ਅੰਤਮ ਅਰਦਾਸ ਵਿੱਚ ਲੋਕਾਂ ਨੇ ਸ਼ਾਮਿਲ ਹੋਣਾ ਜੀ। ਬਾਕੀ ਲੰਗਰ ਦਾ ਵੀ 2 acres 'ਤੇ ਪ੍ਰਬੰਧ ਕੀਤਾ ਜੀ, ਅਤੇ ਜਿਹੜਾ ਟ੍ਰੈਫਿਕ ਆ ਇਹ ਵੀ 2 acres 'ਤੇ ਬਹੁਤ ਵੱਡੇ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ, ਅਲੱਗ ਅਲੱਗ ਮਤਲਬ ਪ੍ਰਬੰਧ ਕੀਤੇ ਗਏ ਨੇ, ਅਤੇ ਉਹਦੇ ਮਤਲਬ ਟ੍ਰੈਫਿਕ ਸੰਬੰਧ ਵਾਸਤੇ ਔਰ ਲੋਕਾਂ ਦੇ ਲੰਗਰ ਵਾਸਤੇ ਹਰੇਕ ਸਹੂਲਤ ਦਾ ਇੰਤਜ਼ਾਮ ਪੂਰਾ ਕੀਤਾ ਗਿਆ। ਪਰ ਮੈਨੂੰ ਉਮੀਦ ਆ ਜਿਸ ਤਰ੍ਹਾਂ ਦਾ ਲੋਕਾਂ ਦਾ ਮਤਲਬ ਹਜੂਮ ਆਊਗਾ ਅੰਤਮ ਮਤਲਬ ਅਰਦਾਸ ਦੇ ਵਿੱਚ, ਸਾਨੂੰ ਐਂ ਲੱਗਦਾ ਵੀ ਸਾਥੋਂ ਛੋਟੀ ਨਾ ਪਾਈ ਜਾਵੋ, ਅਤੇ ਬਹੁਤ ਵੱਡੇ ਮਤਲਬ ਸਾਨੂੰ ਉਮੀਦ ਆ ਵੀ ਬਹੁਤ ਵੱਡੇ ਤਰੀਕੇ ਨਾਲ ਲੋਕ ਆਉਣਗੇ, ਅਤੇ ਪੂਰਾ ਇੰਤਜ਼ਾਮ ਕੀਤਾ, ਵਾਟਰਪਰੂਫ ਟੈਂਟ ਲੱਗਿਆ ਇਹੋ ਜਿਹੇ ਵੀ ਕੱਲ੍ਹ ਨੂੰ ਬਾਰਿਸ਼ ਆ ਜੇ ਵੀ ਕਿਸੇ ਤਰ੍ਹਾਂ ਦੀ ਸੰਗਤ ਨੂੰ ਬੈਠਿਆਂ ਨੂੰ ਅਰਦਾਸ ਦੇ ਵਿੱਚ ਤਕਲੀਫ ਨਾ ਆਵੇ। ਪਰ ਫਿਰ ਵੀ ਅਸੀਂ ਸਾਰੇ ਪਿੰਡ ਨਗਰ ਵੱਲੋਂ ਅਤੇ ਸਾਰਿਆਂ ਨੂੰ ਲਵਾ ਦੇ ਹਾਂ ਵੀ ਭਾਈ ਇੱਥੇ ਆਓ ਅਤੇ ਦਰਸ਼ਨ ਕਰੋ, ਕੀਰਤਨ ਸੁਣੋ, ਲੰਗਰ ਛਕੋ, ਅੰਤਮ ਅਰਦਾਸ ਵਿੱਚ ਸ਼ਾਮਿਲ ਹੋ ਜੀ ਇੱਥੇ। ਵਾਹਿਗੁਰੂ ਜੀ ਕਾ ਖਾਲਸਾ। ਜਿਵੇਂ ਕਿ ਤੁਸੀਂ ਦੱਸਿਆ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੂੰ ਸੱਚੀ ਸ਼ਰਧਾਂਜਲੀ ਪਹੁੰਚਣ ਦੇ ਰਿਹਾ, ਕੋਈ VVIP ਨੇਤਾ ਵੀ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈਗੀ ਹੈ? ਹਾਂਜੀ, VVIP ਨੇਤਾ ਸਾਨੂੰ ਉਮੀਦ ਆ, ਬਹੁਤ ਵੱਡੇ ਲੀਡਰ ਹਿੰਦੁਸਤਾਨ ਦੇ ਵਿੱਚ ਜਿਹੜੇ ਵੱਡੇ ਲੀਡਰ ਕਾਦੇ ਲੀਡਰ ਆ, ਸਾਨੂੰ ਉਮੀਦ ਆ ਵੀ ਉਹ ਵੀ ਪਹੁੰਚਣਗੇ ਜੀ। ਉਹਨਾਂ ਵਾਸਤੇ ਵੀ ਮਤਲਬ ਇੱਥੇ ਇੰਤਜ਼ਾਮ ਕੀਤੇ ਗਏ ਨੇ, ਸਾਰੇ ਹੈਲੀਪੈਡਾਂ ਬਣਾਈਆਂ ਗਈਆਂ ਜੀ, ਉਹਨਾਂ ਵਾਸਤੇ ਮਤਲਬ ਸਾਰਾ ਰਹਿਣ ਸਹਿਣ ਦਾ ਇੰਤਜ਼ਾਮ ਕੀਤਾ ਗਿਆ, ਸਾਰਾ ਬਹੁਤ ਵੱਡੇ ਪੱਧਰ 'ਤੇ ਇੰਤਜ਼ਾਮ ਹੋ ਰਹੇ ਨੇ, ਬਹੁਤ ਵੱਡੇ ਪੱਧਰ 'ਤੇ ਟੈਂਟ ਹੁਣ ਤੁਸੀਂ ਦੇਖ ਹੀ ਰਹੇ ਹੋ ਜਿਹੜਾ ਲੱਗ ਰਿਹਾ ਜੀ। ਮਤਲਬ ਸਾਡੇ ਵੱਲ ਉਹ ਕੋਈ ਕਮੀ ਨਹੀਂ ਰਹਿਣੀ, ਪਰ ਫਿਰ ਵੀ ਅਸੀਂ ਆਉਂਦੇ ਹਾਂ ਵੀ ਸਾਥੋਂ ਕਮੀ ਰਹੂਗੀ ਲਾਜ਼ਮੀ ਜੀ। ਕਿੰਨਾ ਕੁ ਏਰੀਆ ਜਿਹੜਾ ਹੈਗਾ ਡਾਲ ਦੇ ਵਿੱਚ ਕਵਰ ਕੀਤਾ ਗਿਆ? ਇਹ ਜਿਹੜੀ ਜਗ੍ਹਾ ਜੀ, ਇਹ ਮਤਲਬ 12 acres ਜਗ੍ਹਾ ਹੈਗੀ ਆ, ਉਹਦੇ ਵਿੱਚ ਇਹ ਟੈਂਟ ਲੱਗ ਰਿਹਾ ਸਾਰਾ 12 acres। ਉਨਾ ਹੀ ਬਾਹਰ ਪਾਸੇ ਲੱਗਿਆ ਜੀ, ਉਨਾ ਹੀ ਇੱਥੇ ਟੈਂਟ ਲੱਗਿਆ ਹੋਇਆ। ਲੰਗਰ ਹਾਲਾਂ ਦੇ ਵਿੱਚ ਵੀ ਬਹੁਤ ਜਗ੍ਹਾ, ਉੱਥੇ 8 acres ਦੇ ਵਿੱਚ ਇੱਕ ਲੰਗਰ ਲੱਗਿਆ, ਇੱਕ 12 acres ਵਿੱਚ ਲੱਗਿਆ ਹੋਇਆ ਜੀ।
ਲੰਗਰ ਦਾ ਵੀ ਇੰਤਜ਼ਾਮ ਪੂਰੇ ਕੀਤੇ ਆ। ਵੀ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਕਿਸੇ ਗੱਲ ਦੀ ਝਿਜਕਣ ਦੀ ਲੋੜ ਨਹੀਂ, ਤੁਹਾਨੂੰ ਆਓ, ਖੁੱਲ੍ਹਾ ਲੰਗਰ ਮਿਲੂਗਾ, ਖੁੱਲ੍ਹਾ ਪੰਡਾਲ ਮਿਲੂਗਾ, ਬੈਠਣ ਨੂੰ ਤੁਹਾਨੂੰ ਹਰ ਇੱਕ ਸਹੂਲਤ ਮਿਲੂਗੀ ਇੱਥੇ। ਅੰਤਮ ਅਰਦਾਸ ਸ਼ਾਮਿਲ ਹੋਣ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਵੀ ਲੋਕ ਜ਼ਰੂਰ ਪਹੁੰਚਣ। ਜਿਵੇਂ ਕਿ ਇਹਨਾਂ ਨੇ ਦੱਸਿਆ, ਕੱਲ੍ਹ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਮ ਅਰਦਾਸ ਹੈਗਾ। ਅੰਤਮ ਅਰਦਾਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜਾ ਹੈ ਉਹਨਾਂ ਨੂੰ ਚਾਹੁਣ ਵਾਲੇ ਦਾ ਲੋਕ ਪਹੁੰਚ ਰਹੇ ਹੈਗੇ ਆ। ਦੂਸਰੇ ਪਾਸੇ ਇਹ ਵੀ ਦੱਸਿਆ ਕਿ 12 ਏਕੜ ਦੇ ਵਿੱਚ ਇਹ ਪੰਡਾਲ ਬਣਾਇਆ ਗਿਆ ਹੈਗਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿੱਥੇ ਲੋਕ ਪਹੁੰਚਣਗੇ ਉੱਥੇ VVIP ਲੀਡਰਾਂ ਦੇ ਵੀ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ।